ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਵਿਵਾਦ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਕਿ ਜੇਕਰ ਚੰਡੀਗੜ੍ਹ ਪੰਜਾਬ ਨੂੰ ਮਿਲ ਵੀ ਜਾਂਦਾ ਹੈ ਤਾਂ ਪੰਜਾਬ, ਜੋ ਕਿ ਖੁਦ ਵੱਡੇ ਵਿੱਤੀ ਸੰਕਟ 'ਚੋਂ ਗੁਜ਼ਰ ਰਿਹਾ ਹੈ, ਚੰਡੀਗੜ੍ਹ ਨੂੰ ਸੰਭਾਲ ਲਵੇਗਾ। ਅਮਨ ਅਰੋੜਾ ਨੇ ਸਵਾਲ ਉਠਾਇਆ। ਸਵਾਲ ਇਹ ਹੈ, ਸੁਖਬੀਰ ਸਿੰਘ ਬਾਦਲ ਹੁਣੀ ਇਸ ਗੱਲ ਦਾ ਜਵਾਬ ਦੇਣ ਕਿ ਜਦੋਂ ਦਾ ਪੰਜਾਬ ਸੂਬਾ ਬਣਿਆ, ਪੰਜਾਬੀ ਸੂਬਾ ਕਰਕੇ ਜਿਹੜੀ ਡਿਵੀਜ਼ਨ ਹੈ ਉਹ ਹੋ ਚੁੱਕੀ। ਅੱਜ ਪੰਜਾਬ 2.5 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ ਤੇ ਜਿਹੜੇ ਨਾਲ ਦੇ ਗੁਆਂਢੀ ਨੇ ਜਾਂ ਛੋਟੇ ਸੂਬੇ ਨੇ, ਛੋਟੇ ਭਰਾ ਨੇ ਹਰਿਆਣਾ ਤੇ ਹਿਮਾਚਲ, ਉਹ ਕਿੰਨੀ ਅੱਗੇ ਨਿਕਲ ਕੇ ਡਿਵੈਲਪਮੈਂਟ ਕਰ ਗਏ ਨੇ। ਅੱਜ ਪੰਜਾਬ ਕੋਲੇ ਮਹਿਜ਼ 8,000 ਕਰੋੜ ਦੇ ਕਰੀਬ ਬਜਟ ਡਿਵੈਲਪਮੈਂਟ ਵਾਸਤੇ। ਚੰਡੀਗੜ੍ਹ ਨੂੰ ਸੰਭਾਲ ਲੈਣਗੇ ਪੰਜਾਬ ਵਾਲੇ, ਇਹਨਾਂ ਕੋਲੋਂ ਪੰਜਾਬ ਦਾ ਤਾਂ ਬੇੜਾ ਗਰਕ ਕਰਕੇ ਰੱਖਦਾ। ਪੰਜਾਬ ਦੀ ਕਿਸਾਨੀ ਜਿਹੜੀ ਉਹ ਖਤਮ ਹੋ ਰਹੀ ਹੈ, ਨੌਜਵਾਨਾਂ ਦੇ ਹੱਥਾਂ ਦੇ ਵਿੱਚ ਨੌਕਰੀਆਂ ਦੀ ਬਜਾਏ ਨਸ਼ੇ ਦੀਆਂ ਕੁੜੀਆਂ ਨੇ, ਸਕੂਲ ਕਾਲਜ ਹੋਸਪਿਟਲ ਇੱਥੇ ਖੁਦਾ ਬਿਮਾਰ ਹੋਏ ਪਏ ਨੇ, ਪਾਣੀ ਹੈ ਉਹ ਹਰ ਸਾਲ 1.25 ਫੁੱਟ ਡੂੰਘਾ ਜਾ ਰਿਹਾ ਹੈ, ਜਿਹੜੇ ਬਿਜਲੀ ਹੈ ਉਹ ਸਭ ਤੋਂ ਮਹਿੰਗੀ ਮਿਲ ਰਹੀ ਹੈ। ਪੰਜਾਬ ਅੱਜ ਦੀ ਡੇਟ ਦੇ ਵਿੱਚ ਕ੍ਰਾਈਸਿਸ ਵੱਲ ਵੱਧ ਰਿਹਾ ਹੈ। ਮੰਗ ਲੈਣ ਚੰਗੀ ਗੱਲ ਹੈ, ਮਿਲ ਜੇ, ਪਰ ਸਵਾਲ ਇਹ ਹੈ ਕਿ ਜਿੰਨਾ ਪਹਿਲਾਂ ਮਿਲਿਆ ਸੀਗਾ ਪੰਜਾਬੀ ਸੂਬਾ, ਕੀ ਉਹ ਸੁਖਬੀਰ ਬਾਦਲ ਹੁਣਾਂ ਨੇ, ਅਕਾਲੀ ਦਲ ਨੇ ਜਾਂ ਕਾਂਗਰਸ ਨੇ ਸੰਭਾਲ ਲਿਆ? ਅੱਜ ਮੁਲਕ ਦੀਆਂ ਸਾਰੀਆਂ ਸਟੇਟਾਂ ਦੇ ਵਿੱਚੋਂ ਜੇ ਸਭ ਤੋਂ ਵੱਧ ਤੇਜ਼ੀ ਨਾਲ ਕੋਈ ਗਿਰਾਵਟ ਵੱਲ ਜਾ ਰਿਹਾ ਤਾਂ ਉਹ ਪੰਜਾਬ ਜਾ ਰਿਹਾ। ਪਹਿਲਾਂ ਜੋ ਮਿਲਿਆ ਹੋਇਆ ਉਹਨੂੰ ਸੰਭਾਲ ਲਓ, ਬਾਕੀ ਰਾਜਾਂ ਦੇ ਉੱਪਰ ਜਾਂ ਬਾਕੀ ਸ਼ਹਿਰਾਂ ਦੇ ਉੱਪਰ ਜਿਹੜੇ ਕਲੇਮ ਨੇ ਉਹ ਬਾਅਦ ਵਿੱਚ ਕਰ ਲੈਣ।